ਹਾਂਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ ਜੀ। ਅੱਜ ਦੀ ਬਾਈ ਜਿਹੜੀ ਵੀਡੀਓ ਬਣਾ ਰਿਹਾ ਦੌਲਤ ਡੇਅਰੀ ਫਾਰਮ 'ਚੋਂ ਬਣਾ ਰਿਹਾ, ਪਿੰਡ ਬਗਰਾੜੀ, ਜ਼ਿਲ੍ਹਾ ਫਰੀਦਕੋਟ, ਤਹਿਸੀਲ ਜੈਤੋ ਬਾਈ, ਨੇੜੇ ਬਾਜਾ ਖਾਨਾ ਅਤੇ ਕੋਟਕਪੁਰਾ ਸ਼ਹਿਰ ਨੇੜੇ ਰਹਿ ਜਾਂਦੇ ਆ। ਆਓ ਪੁੱਛ ਲੈਂਦੇ ਹਾਂ ਬਾਈ ਤੁਹਾਡੇ ਅੱਜ। ਬਾਈ ਜੀ, ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਹੋਰ ਠੀਕ ਹੋ? ਵਧੀਆ, ਬਹੁਤ ਵਧੀਆ ਵੀਰੇ, ਬਹੁਤ ਵਧੀਆ। ਨਾਮ ਅਤੇ ਐਡਰੈਸ ਬੋਲ। ਨਾਮ ਉਤਾਰਾ ਜੀ ਸਾਨੂੰ ਦੌਲਤਰਾਮ, ਪਿੰਡ ਬਗਰਾੜੀ, ਜ਼ਿਲ੍ਹਾ ਫਰੀਦਕੋਟ, ਤਹਿਸੀਲ ਜੈਤੋ। ਠੀਕ ਹੈ ਬਾਈ। ਮੋਬਾਈਲ ਨੰਬਰ ਬੋਲ। 8476004402। ਠੀਕ ਹੈ ਬਾਈ। ਬਾਈ ਜਿਹੜੀ ਪਹਿਲੇ ਨੰਬਰ 'ਤੇ ਬੈਠਦੇ ਨੇ, ਕਿਹੜਾ ਸੋਰਸ ਹੋਈ ਆ? ਇੱਕ ਵੀਰੇ ਮੇਰੇ ਵੀਰ ਭਰਾ ਨੂੰ ਸਾਰਿਆਂ ਨੂੰ ਬੇਨਤੀ ਹੈ, ਹਾਂਜੀ, ਜਦੋਂ ਵੀ ਜਿਹੜਾ ਬੰਦਾ ਪਸ਼ੂ ਖਰੀਦਦਾ ਉਹਦੀ ਰਾਇ ਕਰ ਲਿਆ ਕਰੋ ਪਹਿਲਾਂ। ਠੀਕ ਹੈ ਬਾਈ। ਬਿਆਨਾ ਪਾਉਣ ਤੋਂ ਪਹਿਲਾਂ ਬਿਆਨਾ ਪਾ ਕੇ ਬਈ ਬੰਦਾ ਹਫ਼ਤਾ ਹਫ਼ਤਾ ਪਸ਼ੂ ਆਉਂਦਾ ਨਹੀਂ, ਪਸ਼ੂ ਖਿਲਾਰ ਲੈਂਦਾ। ਠੀਕ ਹੈ ਜੀ। ਠੀਕ ਹੈ, ਆਪਣਾ ਵੀ ਕਸੂਰ ਨਹੀਂ, ਜਦੋਂ ਬਾਅਦ ਵੇਚ ਦੇਵਾ ਪਸ਼ੂ। ਮੈਂ ਬੰਦੇ ਨਾਲ 3 ਦਿਨਾਂ ਦਾ ਕਰਾਰ ਕਰਿਆ, ਤੀਜੇ ਚੌਥੇ ਦਿਨ ਬੰਦਾ ਆਇਆ ਨਹੀਂ ਆਪਣੇ ਕੋਲੇ। ਠੀਕ ਹੈ ਬਾਈ। 4 ਦਿਨ ਪਸ਼ੂ ਖੜਾ ਰਿਹਾ ਆਪਣੇ ਕੋਲੇ, ਵੀਰੇ ਸਾਹ ਵਾਲੀ ਚੀਜ਼ ਆ, ਕੋਈ ਪਸ਼ੂ ਦੇ ਗ੍ਰਾਮ ਪਤਾ ਨਹੀਂ ਹੁੰਦਾ ਪਸ਼ੂ ਦਾ। ਠੀਕ ਹੈ। ਬਿਆਨਾ ਪਾਉਣ ਤੋਂ ਪਹਿਲਾਂ ਦੀ ਰਾਇ ਕਰਕੇ ਪੂਰਾ ਸਹਿਜਮਤੀ ਨਾਲ ਪਰਿਵਾਰ ਨਾਲ ਫਿਰ ਬਿਆਨਾ ਪਾਇਆ ਕਰੋ। ਸਹੀ ਗੱਲ, ਕਿਉਂਕਿ ਇੱਥੇ ਪਸ਼ੂ ਖੜਾ ਰਹਿੰਦਾ ਵੀਰੇ, ਔਖਾ ਹੋ ਜਾਂਦਾ ਮੁੜ ਕੇ ਆਪਦਾ ਪਸ਼ੂ ਵਿਕਣ ਰਹਿ ਜਾਂਦਾ, ਆਪਾਂ ਕਿਹਨੂੰ ਕਹਿੰਦੇ ਵੈਗਿਆ ਪਸ਼ੂ, ਮੁੜ ਕੇ ਔਖਾ ਹੋ ਜਾਂਦਾ ਵੀਰੇ। ਸਹੀ ਗੱਲ। ਹਾਂ, ਕਿਹੜਾ ਸੂਆ ਸੂਈ ਆ? ਪਹਿਲਾ ਸੂਆ ਵੀਰੇ। ਕਦੋਂ ਸੂਈ ਆ? ਇਹ ਵੀਰੇ ਸੁਬਾ ਸੂਈ ਸੀਗੀ ਆਪਣੀ 4 ਵਜੇ। ਬੱਚਾ ਕੀ ਆ ਬਾਈ? ਬੱਚਾ ਵੀਰੇ ਬੱਚੀ ਆ ਦੇ, ਤੇ ਟੌਮ ਕੈਟ ਦੇ ਸਿਮਣ ਦੀ ਆ ਬੱਚੀ, ਸਟਰਾ ਆਪਣੇ ਕੋਲੇ ਇਹਦਾ। ਬੱਚੀ ਬੜੀ ਜੀ। ਹਾਂ, ਬੱਚੀ ਦਾ ਸਟਰਾ ਆਪਣੇ ਕੋਲੇ ਆ ਵੀਰੇ, ਨਾਲ ਦਿੱਤਾ ਬੰਦਿਆਂ ਨੇ ਨਾਲ ਰਹੀ ਰੱਖੀ ਬੈਠਾ। ਹਾਂ, ਜਿਹੜਾ ਕੁੱਤਾ ਸਿਮਣ ਦੀ ਆ ਬੰਦਾ ਹੈ ਤੇ ਨਾੜੂਆਂ ਨਾਲ ਕੁਆਲਿਟੀ ਬੱਚੀ ਦੀ ਬਹੁਤ ਚੰਗੀ, ਕੁਆਲਿਟੀ ਬਹੁਤ ਜ਼ਿਆਦਾ ਚੰਗੀ ਹੈ ਵੀਰੇ ਬੱਚੀ ਦੀ, ਬਹੁਤ ਜ਼ਿਆਦਾ। ਜੇਰ ਕਿਵੇਂ? ਓਕੇ, ਜੇਰ ਕੰਪਲੀਟ ਆ ਵੀਰੇ, ਆ ਪਈ ਇੱਥੇ ਬੱਠਲ ਦੇ। ਠੀਕ ਆ, ਬੱਠਲ ਦੇ। ਹਾਂ, ਜੇਰ ਬਈ ਬੱਠਲ ਦੇ ਵਿੱਚ ਪਈ ਆ। ਓਕੇ ਓਕੇ, ਬਹੁਤ ਠੀਕ ਪਈ ਆ, ਜੇਰ ਕੰਪਲੀਟ। 4-5 ਕਿਲੋ ਬੜਾ ਚੌਦਾ ਸੀਗਾ ਸਵੇਰੇ। ਓਕੇ, ਹਾਂ, 24 ਦੀ 1 ਨੰਬਰ ਭੂਰ ਚਿੱਟੇ ਦੀ ਫੁੱਲ ਗਾਰੰਟੀ ਹੋਊਗੀ ਵੀਰੇ। ਖੋਲ ਦਿਓ, ਖੋਲ ਕੇ ਦਿਖਾ ਦੇ। ਰੰਗ ਰੂਪ ਫੁੱਲ ਚੰਗਾ, ਫੇਸ ਬੜਾ ਪਿਆਰਾ, ਟੋਆ ਟੋਆ ਬਹੁਤ ਚੰਗਾ, ਬੋਦੀ ਬਾਦੀ ਚੰਗੀ ਆ, ਸਨੱਖ ਪੁਣਾ ਬੈਡ ਦੇ ਵਿੱਚ ਬਈ ਬਹੁਤ ਆ, ਬਹੁਤ ਕੁਆਲਿਟੀ ਵਾਲੀ ਆ ਬੈਡ ਬਈ, ਬਹੁਤ ਚੰਗਾ ਬਈ, ਕੁਆਲਿਟੀ ਵਾਲੀ ਬੈਡ ਆ, ਸੂਈ ਸਵਾਈ ਆ, ਬੱਚਾ ਮਗਰ ਬੱਚੀ ਨੂੰ ਜਨਮ ਦਿੱਤਾ, ਬੱਚੀ ਵੀ ਬਹੁਤ ਚੰਗੀ ਆ। ਵੱਡੀ ਗੱਲ ਜੇਰ ਦੀ ਹੁੰਦੀ ਆ, ਜੇਰ ਵੀ ਬਈ ਵੱਠਲ ਦੇ ਵਿੱਚ ਰੱਖੀ, ਜੇਰ ਜੂਰ ਦੀ ਇਕਦਮ ਕੰਪਲੀਟ ਆ ਵੀਰੇ। ਆਰਡਰ ਕਮਾਲ ਆ, ਸੋਹਣਾ ਆਰਡਰ ਕਰਨ ਵਾਲੀ ਨੇ ਤਿਆਰ ਕਰਿਆ ਤੇ ਬੋਲਾ ਬਾਈ ਨੇ ਕੱਢਿਆ, ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ। ਸ਼ਾਮ ਤੱਕ ਆਰਡਰ ਆ ਜਿਹੜਾ ਕਰਮਾਈ ਨੇ ਹੋਰ ਤਿਆਰ ਕਰ ਲੈਣਗੇ, ਥੋੜਾ ਬੱਚੇ ਦਾ ਜ਼ਰੂਰ, ਬੱਚੇ ਦਾ ਕਰ ਦੀ ਬਈ, ਤਾਜੀ ਸੂਈ ਕਰਕੇ ਤਾਂ ਹੀ ਬਾਹਰ ਨੂੰ ਨਹੀਂ ਆਉਂਦੀ, ਚਲ ਅੰਦਰ ਤੋਰ ਦੀ। ਕਿੰਨਾ ਦੁੱਧ ਦੇ ਦੂ ਐਸਟੀਮੇਟ? ਜਾ ਐਸਟੀਮੇਟ ਵੀਰੇ ਪਹਿਲਾਂ ਨਾ ਵੀਰੇ, ਦੁੱਧ ਵੀਰੇ 17-18 ਕਿਲੋ, ਜਿਹੜਾ ਮਰਜ਼ੀ ਬੰਦਾ ਮੰਨ ਕੇ ਲੈ ਲੇ, ਬਾਕੀ ਵੀਰੇ ਡੋਡੀ ਆਪਣੀ ਸਮਝ ਨਾਲ ਲਵੇ। ਸਹੀ ਗੱਲ ਆ ਬਈ, ਬਾਕੀ ਦੁੱਧ ਸੇਵਾ ਤੇ ਡਿਪੈਂਡ, ਬਾਕੀ ਸੇਵਾ ਦਾ ਵੀਰੇ, ਦੁੱਧ ਬੜਾ ਚੰਗਾ, ਥਣ ਥਣ ਚੰਗਾ, ਭੂਰ ਛਿੱਟੇ ਦੀ ਨਾੜ ਗੰਢ ਦੀ ਬਾਈ, ਕਹਿੰਦਾ ਫੁੱਲ ਗਾਰੰਟੀ ਹੋਊਗੀ ਵੀਰੇ ਆਪਣੀ, ਪੂਰਾ ਤਾਰਾ ਚੰਗਾ ਗਾ, ਚੰਗੀ ਆ ਬੜਾ, ਸਨੱਖੀ ਆ, ਫੇਸ ਬੜਾ ਪਿਆਰਾ ਬਈ, ਛੋਟਾ ਜਿਹਾ ਮੂੰਹ ਆ ਤੇ ਬੋਦੀ ਬਾਦੀ ਟੋਆ ਟੋਆ ਬਹੁਤ ਚੰਗਾ ਗਾ, ਫੁੱਲ ਬਰੀਡ ਆ ਬਈ ਬੈਡ। ਤੇ ਕੀ ਮੁੱਲ ਆ ਭਰਾ ਇਹਦਾ? ਜਾਇਜ਼ ਆ ਮੁੱਲ ਵੀਰੇ 70-75, ਜਿੰਨਾ ਮਰਜ਼ੀ ਕਾ 65,000 ਦੀ ਬੈਡ ਦੇ ਦਾਂਗੇ। ਮੁੱਲ ਕਰਾਉਣਾ 70-75 ਕਰਾ ਲਓ, 65,000 ਦੀ ਬਾਈ ਕਹਿੰਦਾ ਜਿਹੜੀ ਬੈਡ ਆ ਦੇ ਦਾਂਗੇ। ਸੂਈ ਸਵਾਈ ਆ, ਆਰਡਰ ਕਮਾਲ ਦਾ, ਬੱਚਾ ਮਗਰ ਬੱਚੀ, ਬੱਚੀ ਬਹੁਤ ਚੰਗੀ ਆ, ਬੱਚੀ ਬਹੁਤ ਚੰਗੀ ਆ ਵੀਰੇ, ਜਿਹੜਾ ਬਾਕੀ ਵੀਰੇ ਦੋਨੋਂ ਚੀਜ਼ਾਂ ਬਹੁਤ ਸੁਨੱਖੀਆਂ ਵੀਰੇ, ਬੈਡਾਂ ਆਪ ਵੀ ਬਹੁਤ ਚੰਗੀ ਆ ਤੇ ਬੱਚੀ ਵੀ ਬਹੁਤ ਜ਼ਿਆਦਾ ਚੰਗੀ ਨਾਲ। ਹਾਂ, ਮੁੱਲ ਵੀ ਜਾਇਜ਼ ਆ ਯਾਰ, ਬਿਲਕੁਲ ਵੀਰੇ ਬਿਲਕੁਲ, ਬਾਕੀ ਵੀਰੇ ਹਜੇ ਤਾਂ ਵਧਣਾ ਫੁੱਲਣਾ ਹੋਈ ਬੈਡ ਨੇ ਹਜੇ ਤਾਂ। ਸਹੀ ਗੱਲ। ਹਾਂ, ਬਾਕੀ ਥਾਣਾ ਵਾਨੇ ਦੀ ਬਹੁਤ ਚੰਗੀ ਹੈ, ਕਹਿੰਦਾ ਕਮਾਲਾ ਮੂਹਰੋਂ ਵੀ ਲੇਵਾ ਲੂਗਾ ਚੈੱਕ ਕਰਵਾਉਣਾ, ਨਾੜਾ ਨੂੜਾ ਫੁੱਲ ਚੰਗੀਆਂ, ਪੂਰਾ ਵਿੱਤੀ ਦੇ ਥਾਣ ਲੱਗਿਆ ਬਈ। ਠੀਕ ਹੈ, ਤਾਂ ਆਪਾਂ ਬੱਚੀ ਦਾ ਵੀ ਦੱਸ ਦਿੰਦੇ ਵੀਰੇ, ਆਪਾਂ ਨੂੰ ਕਨਫਰਮ ਨਹੀਂਗਾ। ਠੀਕ ਹੈ, ਪਰ ਜਿਹੜਾ ਆਪਾਂ ਨੂੰ ਪਤਾ ਸੀ ਆਪਾਂ ਉਹ ਦੱਸਤਾ, ਜਿਹੜਾ ਲੱਗਿਆ ਸੀਗਾ। ਬਹੁਤ ਠੀਕ। ਹਾਂ, ਅੱਗੇ ਭਰਾ 2 ਨੰਬਰ, ਕਿਹੜਾ ਸੂਆ? ਇਹ ਵੀ ਵੀਰੇ ਪਹਿਲਾ ਸੂਗਾ, ਇਹ ਜੈਗ ਦੇ ਸੀਮਨ ਦੀ ਆਪ ਆ ਵੀਰੇ। ਠੀਕ ਹੈ, ਜਿਹੜਾ ਅੱਗੋਂ ਆਪਾਂ ਨੂੰ ਲੱਗਿਆ ਦੱਸਿਆ ਬੰਦੇ ਨੇ ਕਿ ਟ੍ਰੌਕਸੀ ਦਾ ਸੀਮਨ ਲੱਗਿਆ ਹੋਇਆ ਇਹਦੇ ਜਰਸੀ ਦਾ। ਓਕੇ, ਹਾਂ, ਆਰਡਰ ਬੜਾ ਕਮਾਲ ਆ, ਬਹੁਤ ਜ਼ਿਆਦਾ ਹੈ ਤਾਂ ਵੀਰੇ, ਦਿਨ 4-5 ਦਿਨ ਖੁੱਲੇ ਖੁੱਲੇ ਲੈ ਜੂ ਬੈਡ, ਅੱਗੇ ਪਿੱਛੇ ਦਾ ਨੀਵਾ ਪਈ ਬੈਡ ਨੂੰ, ਅੱਗੇ ਪਿੱਛੇ ਦਾ।
ਮੂਹਰੋਂ ਵੀ ਲੇਵਾ ਦੇਖੋ ਗੱਟ ਲੇਵਾ ਬਈ ਮੂਹਰੋਂ ਇਕੱਲਾ ਇਕੱਲਾ ਥਣ ਮੁੱਕੀ ਵਾਲਾ ਥਣ ਚਾਰੇ ਥਣ ਨਿਕਲਣੇ ਪੂਰੇ ਗੈਸ 'ਤੇ ਖੋਲ ਦੇ ਵਿੱਚ ਤੋੜ ਕੇ ਰੱਖਾਂ ਦੇ ਫੁੱਲ ਕਰਦਾ ਬਈ ਨਾ ਤਾਂ ਛੋਟੀਆਂ ਜਾਂ ਨਾ ਵਾਲੀਆਂ ਵੱਡੀਆਂ ਜਾਂ ਪੰਜਾਬ ਦੀਆਂ ਜਰਸੀਆਂ ਮੇਰੇ ਰੀਹ ਨਾਲ ਰੀਹ ਨਾਲ ਬਾਈ ਕਹਿੰਦਾ ਪੰਜਾਬ ਦੀ ਜਰਸੀ ਆ ਫੇਸ ਬੜਾ ਚੰਗਾ ਬੋਲੀਬਾਜੀ ਚੰਗੀ ਆ ਸਨੱਖ ਬਣਾ ਬੈਡ ਦੇ ਵਿੱਚ ਬਹੁਤ ਚੰਗਾ ਬਾਕੀ ਤੋਰਾ ਤਾਰਾ ਚੈੱਕ ਕਰਿਓ ਬਾਈ ਬੈਡ ਦਾ ਕਮਾਲ ਦਾ ਗਾ ਕੱਚੀ ਆ ਹਜੇ ਕਿੰਨੇ ਕੁ ਦਿਨ ਲੈਂਦੀ ਹੈ ਬਈ ਬੱਚਾ ਤਾਂ ਭਾਵੇਂ ਹੁਣੀ ਦੇ ਤਾਂ ਵੀ ਕੋਈ ਕਸਰ ਨਹੀਂ ਵਿਚਾਰੀ ਨੇ ਛੱਡੀ ਹਜੇ ਪਰ ਹਜੇ ਫਿਰ ਵੀ ਦੋ ਚਾਰ ਦਿਨ ਲੈ ਜੂ ਖੁੱਲੇ ਹਜੇ ਤਿਆਰੀ ਤਾਂ ਬਾਈ ਦੀ ਗੱਲ ਸਹੀ ਆ ਇੰਨੀ ਕੁ ਵੀ ਜੇ ਹੁਣ ਵੀ ਬੱਚਾ ਧਰਦੇ ਤਾਂ ਵੀ ਕੋਈ ਚੱਕਰ ਨਹੀਂ ਗਾ ਵੈਸੇ ਚੱਲ ਦੋ ਚਾਰ ਦਿਨ ਬਾਈ ਕਹਿੰਦਾ ਲੈ ਜੂ ਮੈਂ ਤਾਂ ਵੀਰੇ ਬਾਬਾ ਦਿਨਾਂ ਹੀ ਸੁਣਦਾ ਫਿਰਦਾ ਪਰ ਸੁਣਦੀ ਨਹੀਂ ਗੀ ਸਹੀ ਗੱਲ ਆ ਬਾਈ ਆਰਡਰ ਕਮਾਲ ਦਾ ਪੰਡ ਵਰਗਾ ਲੇਵਾ ਇਕੱਲਾ ਇਕੱਲਾ ਥਣ ਪੂਰੀ ਵਿੱਚੀ ਦੇ ਥਣ ਹੈਗਾ ਤੇ ਤੋਰਾ ਤਾਰਾ ਦੇਖੋ ਬਾਈ ਸਾਡੀ ਤੁਰਨੀ ਤਰਨੀ ਠੰਡੀ ਸੀਲ ਦਾ ਵੀਰੇ ਕੋਈ ਅੰਤ ਨਹੀਂ ਗਾ ਲੈ ਜਿੱਥੇ ਮਰਜ਼ੀ ਬਹਿਜਾ ਵੀਰੇ ਰਸਤਾ ਛੱਡ ਕੇ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਹੈ ਨਾ ਇੱਕ ਤਾਂ ਵੀਰੇ ਅਗਲਾ ਕਹਿੰਦਾ ਇੰਨਾ ਬਣਾਊਗੀ ਤੇ ਕਰਮ ਵਾਲੀ ਬਣਾਈ ਫਿਰਦੀ ਹੈ ਸਹੀ ਗੱਲ ਆ ਬਣਾਈ ਫਿਰਦੀ ਹੈ ਲੈ ਕਿਆ ਬਾਤ ਆ ਇੰਨਾ ਹੀ ਲੇਵਾ ਬਸ਼ਾਹ ਨੂੰ ਆ ਇੰਨਾ ਹੀ ਲੈ ਅੱਗੇ ਨੂੰ ਲੱਗਿਆ ਬਾਈ ਲੈ ਅਸੀਂ ਤਾਂ ਵੀਰੇ ਥਾਂ 'ਚ ਧਾਰਾਂ ਨਹੀਂ ਪਾਂਗਾ ਇੱਦਾਂ ਲੈ ਜਾਣੇ ਸੌਖੇ ਨੇ ਨੋਰਮਲ ਜਿਹਾ ਥਾਣਾ ਧਾਰਾਂ ਧੁਰਾਂ ਪਾਊਗੀ ਪਿਛਵਾ ਕਰਕੇ ਥਣ ਚੰਗਾ ਕੱਢ ਜਾਊਗੀ ਮੋੜ ਲਿਆ ਭਰਾ ਤੇ ਮੁੱਲ ਕੀ ਇਹਦਾ ਜਾਇਜ਼ ਇਹ 75,000 ਦੀ ਬੈਡ ਦੇ ਦਾਂਗੇ ਬਾਈ ਮਾਨਤਾਨ ਹੋ ਮਾਨਤਾਨ ਕਰ ਦਾਂਗੇ 75,000 ਦੀ ਬਾਈ ਕਹਿੰਦਾ ਬੈਡ ਆ ਜਿਹੜੀ ਦੇ ਦਾਂਗੇ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ ਰੰਗ ਰੂਪ ਚੰਗਾ ਆਰਡਰ ਕਮਾਲ ਆ ਬਾਈ ਵਰੀਟ ਜਾਤ ਫੁੱਲ ਆ ਬੱਚੇ ਵੀ ਚੰਗੇ ਪਾਓ ਕਿਉਂ ਚੰਗਾ ਸੀਵਣ ਲੱਗਿਆ ਖੁਦ ਵੀ ਬਾਈ ਚੰਗੇ ਸੀਵਣ ਦੀ ਆ ਕਰਮ ਵਾਲੀ ਤੋਰਾ ਤਾਰਾ ਕਮਾਲ ਲੇਵੇ ਦੀ ਜਿਹੜੀ ਬਣਤਰ ਆ ਬਾਈ ਬਹੁਤ ਸੋਹਣੀ ਲੇਵਾ ਬਹੁਤ ਵਧੀਆ ਲੇਵਾ ਲੱਗਿਆ ਵਾ ਆਮ ਤੌਰ ਤੇ ਇੰਨਾ ਸੋਹਣਾ ਲੇਵਾ ਪਸ਼ੂ ਨੂੰ ਛੇਤੀ ਲੱਗਦਾ ਬਹੁਤ ਘੱਟ ਆਉਂਦਾ ਵੀਰੇ ਬਹੁਤ ਘੱਟ ਵੀਰੇ ਕੈਮਰਾ ਮਾਰਦੇ ਆ ਗਿੱਠ ਲੇਵਾ ਮੂਹਰ ਨੂੰ ਦਿਖਾਉਂਦੀ ਆ ਗਿੱਠ ਲੇਵਾ ਪਿੱਛੇ ਨੂੰ ਦਿਖਾਉਂਦੀ ਆ ਬਾਈ ਬਾਕੀ ਫੇਸ ਫੂਸ ਬਹੁਤ ਚੰਗਾ ਬੋਲੀਬਾਜੀ ਚੰਗੀ ਠੰਡੀ ਸੀਲ ਦਾ ਕੋਈ ਅੰਤ ਨਹੀਂ ਬਾਈ ਜਿੱਥੇ ਮਰਜ਼ੀ ਬੈਠਾ ਰਹੇ ਠੰਡੀ ਫੁੱਲ ਆ ਰਸਤਾ ਛੱਡਦੇ ਕੋਈ ਚੱਕ ਨਹੀਂ ਧੌਣ ਦੇ ਛੱਡਦੇ ਐਂ ਬੈਠਾ ਰਹੇ ਬਾਈ ਜਿੱਥੇ ਦੀ ਮਰਜ਼ੀ ਕਹਿੰਦੀ ਗਰਮ ਵਾਲੀ ਕੋਈ ਯਾਦ ਬਰੀਟ ਫੁੱਲ ਆ ਬੈਠ ਮੁੱਲ 75,000 ਰੁਪਇਆ ਬਾਕੀ ਜਿਹੜਾ ਮਾਨਦਾ ਨਾ ਜ਼ਰੂਰ ਹੋ ਜਾਊਗਾ ਦੁੱਧ ਵੀਰੇ ਸੇਵ ਵਾਲਾ ਹੋਇਆ ਬੰਦਾ ਬਹੁਤ ਚੰਗਾ ਦੁੱਧ ਪਾ ਦੂਗੀ ਬੱਚੀ ਅੱਗੇ ਭਰਾ 3 ਨੰਬਰ ਕਿਹੜਾ ਇਹ ਵੀਰੇ ਦੂਜਾ ਸੂਰ ਇਹ ਸੁਣਦੀ ਆ ਇਹ ਵੀ ਆਪਦੇ ਆਪਣੇ ਲੋਕਲ ਏਰੀਆ 'ਚ ਬੜਾ ਖਰੀਦੀ ਹੋਈ ਆ ਵੀ ਓਕੇ ਇਹਦੇ ਵਿੱਚ ਡੈਨਮਾਰਕ 50,000 ਬਾਹਰ ਦਾ ਸੀਮਣੇ ਤੇ ਲੱਗਿਆ ਹੋਇਆ ਓਕੇ ਹਾਂ ਸਟਰਾ ਦਿੱਤਾ ਸੀ ਸਟਰਾ ਮੇਰੇ ਤੋਂ ਗੰਮ ਹੋ ਗਿਆ ਵੀਰੇ ਠੀਕ ਆ ਹਾਂ ਬਾਕੀ ਢਿੱਲਾਂ ਢੁੱਲਾਂ ਹਜੇ ਬੈਠਦੇ ਬਹੁਤ ਆ ਲਾਂ ਢੁੱਲਾਂ ਬਹੁਤ ਠੰਡੀ ਸੀਲ ਬਹੁਤ ਆ ਹਜੇ ਬੈਠ ਲੈ ਕੱਚੀ ਕੱਚੀ ਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਫੇ ਤਾਰਾ ਬੜੀ ਹੈ ਜਮਾਨੇ ਦੀ ਬਹੁਤ ਜ਼ਿਆਦਾ ਚੰਗਾ ਵੀ ਹਜ਼ਾਰਾ ਬੜੀ ਅੰਨੇ ਦੀ ਹੈ ਜਾ ਬੱਚੀ ਬਾਕੀ ਵਜਨ ਵਜੂਦ ਵੀਰੇ ਸਾਰੀਆਂ ਬੜਾ ਨੌ ਜ਼ਿਆਦਾ ਆ ਸਹੀ ਗੱਲ ਆ ਲੈ ਮੂਹਰੋਂ ਵੀ ਲੇਵਾ ਚੈੱਕ ਕਰ ਲਓ ਨਾੜਾਂ ਨੂੜਾਂ ਫੁੱਲ ਚੰਗੀਆਂ ਇਕੱਲਾ ਇਕੱਲਾ ਥਣ ਮੁੱਕੀ ਵਾਲਾ ਥਣ ਚਾਰੇ ਥਣ ਨਿਕਲਣੇ ਪੂਰੇ ਗੈਪ ਤੇ ਲਿਆਓ ਬਾਹਰ ਬਈ ਤੋਰ ਕੇ ਰਖਾਈਏ ਨਿਖਰੀ ਨੁਖਰੀ ਵੀ ਬੈਡ ਬਹੁਤ ਆ ਫੇਸ ਬੜਾ ਚੰਗਾ ਕੁਆਲਿਟੀ ਬੈਡ ਤੇ ਫੁੱਲ ਆ ਆਇਆ ਤੇ ਫੇਸ ਦੇਖੋ ਫੇਸ ਆਇਆ ਬਾਹਰ ਫਰਾ ਬੋਦੀ ਬੱਦੀ ਬਹੁਤ ਚੰਗੀ ਆ ਤੇ ਚਮਕ ਬੈਡ ਤੇ ਫੁੱਲ ਆ ਰਾਜੀ ਰੂਜੀ ਫੁੱਲ ਆ ਬਈ ਬਹੁਤ ਚੰਗੇ ਥਾਂ ਤੋਂ ਆਈ ਵੀ ਬਈ ਬੱਚੀਏ ਚੱਲਾਂ ਬਾਈ ਨੇ ਜਿਹੜੇ ਹਿਸਾਬ ਨਾਲ ਲੇਵਾ ਖਿੱਚ ਕੇ ਦਿਖਾਇਆ ਨਾ ਉਸ ਹਿਸਾਬ ਨਾਲ ਬਣੂਗੀ ਬਹੁਤ ਆਇਆ ਫਰਾ ਕੱਚੀ ਕੱਚੀ ਆ ਹਜੇ ਦਿਨ ਲੈ ਆਰਡਰ ਸੋਹਣਾ ਤਿਆਰ ਕਰ ਤੋਰਾ ਤਾਰਾ ਚੰਗਾ ਬੈਡ ਦਾ ਬਾਈ ਚੰਗੀ ਆ ਬਰੀਡ ਬੈਜ ਬੈਡ ਬਹੁਤ ਚੰਗੀ ਆ ਚੰਗੇ ਸੀਮਣ ਦੀ ਹੁਣ ਸੀਮਣ ਆ ਬਾਈ ਕੋਲੇ ਥੋੜਾ ਗਮਾ ਦੀ ਆ ਜਿਹੜੇ ਤੋਂ ਗੱਬਣ ਸੀ ਨਾ ਬਾਈ ਹਾਂ 50,000 ਬਾੜ ਦੀ ਆ ਵੀਰੇ ਦੱਸਿਓ ਬਾੜ ਤੋਂ ਗੱਬਣ ਆ ਗੱਬਣਾ ਵੀਰੇ ਠੰਡੀ ਸੀਲ ਦਾ ਕੋਈ ਅੰਤਰੀ ਵੀਰੇ ਲੈ ਕੇ ਆ ਬਾ ਜਿੱਥੇ ਮਰਜ਼ੀ ਲਾ ਦੇਖੋ ਵੀ ਢਿੱਲਾ ਠੰਡੀ ਸੀਲ ਦੇਖੋ ਬਾਨਾ ਬਹੁਤ ਆ ਬਾਈ ਬੈੜ ਨੇ ਜਿਵੇਂ ਮਰਜ਼ੀ ਹੱਥ ਲਾਈ ਚੱਲ ਕੇ ਚੱਕਰੀ ਨੇ ਪੂਜਾ ਬਾਕੀ ਵਜਨ ਵਜੂਦ ਬਹੁਤ ਜ਼ਿਆਦਾ ਆ ਬਾਈ ਹਾਂ ਵਜਨ ਫੁੱਲ ਆ ਰੰਗ ਰੂਪ
ਗੋਲ ਗੋਲ ਪਈ ਆ ਬਈ, ਬਿਲਕੁਲ ਖਾਣ ਥਣ ਬੜਾ ਕਮਾਲ ਦਾ ਬਈ, ਗੁਲਾਬੀ ਥਣ ਮੁੱਠੀ ਵਾਲਾ ਥਣ ਫੇਸ ਦੇਖੋ, ਫੇਸ ਬੜਾ ਚੰਗਾ, ਬੋਦੀ ਬਾਦੀ ਬਹੁਤ ਚੰਗੀ ਹੈ, ਸਨੱਖ ਬਣਾ ਬੈਠ ਤੇ ਬਹੁਤ ਆ ਬਈ। ਕੀ ਮੁੱਲ ਆ ਭਰਾ ਜਾ ਅੱਜ? ਮੁੱਲ ਵੀਰੇ ਜਿੱਦਾਂ ਦਾ ਵੈਰ ਤਿਆਰ ਹੋਊਗੀ ਤਾਂ 90,000 ਦੀ ਆ, ਪਰ ਅੱਜ 80,000 ਚੋਂ 2,000 ਰੁਪਏ ਛੋੜ ਕਰ ਦਾਂਗੇ ਬਸ। 80,000 ਚੋਂ? ਹਾਂਜੀ 2,000 ਰੁਪਏ ਛੋੜ ਹੋ ਜੂ। ਠੀਕ ਆ, 80,000 ਦੇ ਵਿੱਚੋਂ 2,000 ਰੁਪਇਆ ਛੋੜ ਹੋ ਜੂ, 78,000 ਦੀ ਵੈਰ ਆ ਜਿਹੜੀ ਬਾਈ ਕਹਿੰਦਾ ਦੇ ਦਿਆਂਗੇ। ਤੋਰਾ ਤਰਾ ਕਮਾਲ, ਰਾਜੀ ਰੂਜੀ ਫੁੱਲ, ਢੁੱਲਾਂ ਢੁੱਲਾਂ ਬਹੁਤ ਪਈਆਂ, ਸਾਰੀਆਂ ਬਲਟ ਲੈ ਕੱਢ ਕੇ ਕਰਮ ਵਾਲੀ ਨੇ, ਫੇਰ ਠੰਡੀ ਸੀ ਲਦਾਂਤੀ ਕੋਈ ਨੀ ਬਈ, ਜਿੱਥੇ ਮਰਜ਼ੀ ਬਹਿ ਕੇ ਜਿਵੇਂ ਮਰਜ਼ੀ ਹੱਥ ਲਾਈ ਚੱਲ, ਕੋਈ ਚੱਕਰ ਨੀ, ਕਹਿਣਾ ਕਰਮ ਵਾਲੀ ਨੇ। ਬਾਕੀ ਬਣੂ ਬਹੁਤ ਹੈ ਜਿਹੜੀ ਗੱਲ ਹੈ, ਬਣੂ ਬਹੁਤ ਲੇਵਾ ਦਾ, ਹੋਰ ਵੀ ਜਿਹੜਾ ਮਰਜ਼ੀ ਲੈ ਜਾਵੇ ਵੀਰੇ, ਬੰਦਾ ਨਫਾ ਕਰੂਗੀ ਵੀਰ। ਇਹ ਚੀਜ਼ ਦੀ ਆਪਣੀ ਗਰੰਟੀ ਹੋਊਗੀ। ਸਹੀ ਗੱਲ ਆ ਬਈ, ਬਾਕੀ ਘਰੇ ਰੱਖਣ ਵਾਲੇ ਬੰਦੇ ਨੂੰ ਵਧੀਆ ਵੀਰੇ, ਦੁੱਧ ਚੰਗਾ ਪਾਊ ਵੀਰ। ਠੀਕ ਆ ਬਈ, ਗੋਦੀ ਬਾਦੀ ਚੰਗੀ ਆ, ਫੇਰ ਚੰਗਾ, ਢੱਲਾਂ ਬਹੁਤ ਪਈਆਂ, ਦੁੱਧ ਬਾਕੀ ਚੰਗਾ ਪਾਊ, ਜਿਹੜੇ ਹਿਸਾਬ ਨਾਲ ਭੰਡ ਆ ਜਾਵੇ ਬਾਕੀ ਢੱਲਾਂ, ਫੇਰ ਤੋਂ ਨੇੜ ਤੋਂ ਦਿਖਾਉਂਦੇ ਆ, ਠੰਡੀ ਠੰਡੀ ਫੁੱਲ ਆ, ਜਿਵੇਂ ਮਰਜ਼ੀ ਹੱਥ ਲਾਈ ਚੱਲ, ਜਿੱਧਰ ਦੀ ਮਰਜ਼ੀ ਬੈਠਾ ਰਹੇ, ਕਹਿਣਾ ਕਰਮ ਵਾਲੀ ਨੇ। ਨਾ 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 ਵੀਰੇ, ਕਿਆ ਵਾ, ਠੰਡੀ ਸੀਲ ਬਹੁਤ ਆ ਜਾਵੇ। ਨਾੜਾਂ ਦੇਖੋ ਪਹਿਲੇ ਵੀ ਕਮਾਲ, ਕੱਲਾ ਕੱਲਾ ਥਣ ਮੁੱਠੀ ਵਾਲਾ ਥਣ, ਨਾੜਾਂ ਨੂੰ ਨਾ ਫੁੱਲ ਜਿਵੇਂ ਬਣੂ ਬਹੁਤ ਵਿੱਚ। ਨਾਗ ਸੀਗੇ ਭਰਾ ਕੋਲੇ ਤਿੰਨ ਬਈ, ਤਿੰਨ ਹੀ ਦਿਖਾ ਤੇ, ਇਹ ਨੀ ਵੀਰੇ ਕਿਸੇ ਵੀ ਪਸ਼ੂ ਦੇ ਫੋੜ ਛਾਂਗ ਹੈ ਨੀ, ਕਿਸੇ ਪੂਰੇ ਸਾਫ਼ ਪਸ਼ੂ ਆ। ਹਾਂ, ਤੇ ਕਿਸੇ ਵੀ ਨੂੰ ਤਿੰਨਾਂ ਚੋਂ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ। ਧੰਨਵਾਦ ਜੀ।